ये मजाक दियां गल्लां लोक डुब रहे ने, गरीब लोगों के घर बर्बाद हो गए ने, पशु मर गए 35-40 हज़ार, जाना चली गईं। इस टाइम ते मुख्यमंत्री बेहूदा बयान दे, जिहड़ा 750 करोड़ तुसीं अपनी मशहूरी ते पैसा खर्चिया, जे वह 700 करोड़ ही अज इरीगेशन महकमे दिता हुंदा, पंजाब दे लोग बच जांदे। ये जिहड़ी मेलिया दे विच अमरूदां दा की बनता है, मेलिया दे विच इन्हां नूं आथ है स्टेजां दे उत्ते मशकरियां करन दी सानूं ते है नहीं। इहदी मरम्मत दी लोड़ है, मजबूती दी लोड़ है, चौड़ियां करन दी लोड़ है। चाहना अपने वीरां नूं 1988 दे विच पहले एक बार हड़ आया सी, इस एरिए दे विच हुण तुसीं अगे नूं कमज़ोर होनी शुरू हो गई, इहनूं नवें सिरों तुसीं नूं एक बार फिर जिहड़ी इहदी उम्र है सी तुसीं ਉਹ ਤਕਰੀਬਨ 60 ਸਾਲ ਹੋ ਚੁੱਕੇ। 1962 'ਚ ਪਹਿਲੀ ਵਾਰ ਮੇਰੇ ਸੁਰਗਵਾਸੀ ਪਿਤਾ ਸਾਹਿਬ ਸਤਨਾਮ ਸਿੰਘ ਬਾਜਵਾ, ਸੁਰਗਵਾਸੀ ਸਾਹਿਬ ਪ੍ਰਤਾਪ ਸਿੰਘ ਕਹਿ ਰਹੇ, ਉਹਨੂੰ ਲੈ ਕੇ ਆਏ ਸੀ। 1962 'ਚ 32 ਕਿਲੋਮੀਟਰ ਦੀ ਲੰਬੀ ਤੁਸੀਂ ਦੀਨਾਨਗਰ ਤੋਂ ਸ੍ਰੀ ਹਰਗੋਬਿੰਦਪੁਰ ਤੱਕ ਵੱਜੀ। ਉਹਨੇ ਬਹੁਤ ਸਾਰੀ ਜਗ੍ਹਾ ਦੇ ਉੱਤੇ ਇਹਨੂੰ ਨਵੇਂ ਸਿਰਿਓਂ ਇਹਦੀ ਮੁਰੰਮਤ ਦੀ ਲੋੜ ਹੈ, ਮਜ਼ਬੂਤੀ ਦੀ ਲੋੜ ਹੈ, ਚੌੜਿਆਂ ਕਰਨ ਦੀ ਲੋੜ ਹੈ। ਥੱਲੋਂ ਦੀ ਸੇਮ ਵੀ ਜਾ ਰਹੀ ਹੈ ਤੇ ਇਸ ਤੁਸੀਂ ਦੇ ਅਖੀਰ ਵਿੱਚ ਕੋਈ 1.5-2 ਕਿਲੋਮੀਟਰ ਦਾ ਇਹੋ ਜਿਹਾ ਹਿੱਸਾ ਜਿੱਥੇ ਤੁਸੀਂ ਬਣੀ ਨਹੀਂ ਹੈ। ਜਿਹੜਾ ਇੱਕ ਜਿਹੜਾ ਟੈਕਨੀਕਲ ਟੀਮ ਇੱਥੇ, ਵੇਖੋ ਮੈਂ MLAs ਦਾ ਇੱਕ ਵਫਦ, ਆਲ ਪਾਰਟੀ ਵਫਦ, ਮਹੀਨੇ ਤੋਂ ਬਾਅਦ ਇੱਕ ਵਾਰ ਜੋ ਬਰਸਾਤਾਂ ਹਟ ਜਾਣ, ਲੋਕ ਘਰਾਂ 'ਚ ਵਾਪਸ ਚਲੇ ਜਾਣ, ਉਹ ਆਏਗਾ। ਅਸੀਂ ਸੈਕਟਰੀ ਇਰੀਗੇਸ਼ਨ ਨਾਲ ਮੈਂ ਹੁਣੇ ਰਸਤੇ 'ਚ ਗੱਲ ਕੀਤੀ, ਕ੍ਰਿਸ਼ਨ ਕੁਮਾਰ ਜੀ ਉਹ ਵੀ ਨਾਲ ਆਉਣਗੇ, ਅਸੀਂ ਇਹਦਾ ਮੁਆਇਨਾ ਕਰਾਵਾਂਗੇ। ਤੇ ਟੈਕਨੀਕਲੀ ਜੋ ਲੋੜ ਹੈ, ਜੇ ਕਿਤੇ ਕੋਈ ਪਾਣੀ ਕੱਢਣ ਵਾਸਤੇ ਵੀ ਥੱਲੇ ਉਹ ਲਾਣੇ ਫਲੱਡ ਗੇਟਸ ਲਾਣੇ ਪੈਂਦੇ ਉਹ ਵੀ ਲਾਵਾਂਗੇ, ਕਿਤੇ ਪੁਲੀਆਂ ਦੇਣ ਦੀ ਲੋੜ ਉਹ ਵੀ ਕਰਾਂਗੇ, ਜਿੱਥੇ ਵੀ ਮਜ਼ਬੂਤੀ ਕਰਨ ਦੀ ਲੋੜ ਹੈ ਉਹ ਕਰਾਵਾਂਗੇ। ਬਸ CM ਨੇ ਬਿਆਨ ਦਿੱਤਾ ਵੀ ਜੋ ਰਿਲਾਇੰਸ ਤੋਂ ਲੈ ਕੇ ਬਿਆਨ ਤੁਹਾਡਾ ਤੇ ਹਲਕਾ ਲੰਬਾ ਜਿਹਾ ਆ ਰਿਹਾ, ਉਹਨਾਂ ਕਹਿੰਦਾ ਜੀ ਇਹਨਾਂ ਦਾ ਮਰੂਦਾਂ ਦਾ ਮੇਲੇ 'ਚ ਕੀ ਮੁੱਲ ਹੁੰਦਾ ਇਹਦੇ? ਚਲੋ ਆਪਾਂ ਐਂ ਕਰੀਏ, ਇਸ ਟਾਈਮ ਇਹ ਕੁਛ ਇੰਝ ਤੇ ਲੱਗੀ ਮਜ਼ਾਕ ਆਈ, ਇਹ ਮਜ਼ਾਕ ਦੀਆਂ ਗੱਲਾਂ, ਲੋਕ ਡੁੱਬ ਰਹੇ ਨੇ, ਗਰੀਬ ਲੋਕਾਂ ਦੇ ਘਰ ਬਰਬਾਦ ਹੋ ਗਏ ਨੇ, ਪਸ਼ੂ ਮਰ ਗਏ 35-40 ਹਜ਼ਾਰ, ਜਾਨਾਂ ਚਲੀਆਂ ਗਈਆਂ। ਇਸ ਟਾਈਮ 'ਤੇ ਮੁੱਖ ਮੰਤਰੀ ਬਿਹੂਦਾ ਬਿਆਨ ਦੇ, ਮੈਂ ਉਹਦਾ ਜਵਾਬ ਉਹਦੀ ਲੈਂਗੁਏਜ ਅਜੇ ਨਹੀਂ ਦੇਣਾ ਚਾਹੁੰਦਾ, ਚੰਦ ਦਿਨ ਖਲੋ ਜਾਓ ਤਾਂ ਉਹ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਏਗਾ ਕਿ ਕੀ ਅਸਲੀਅਤ ਕੀ ਹੈ। ਸੋ ਇਸ ਟਾਈਮ 'ਤੇ ਮੇਰੇ ਕੋਲ ਜਵਾਬ ਬੜੇ ਨੇ, ਜਵਾਬ ਮੈਂ ਉਹਨੂੰ ਬਹੁਤ ਅੱਗੇ ਵੀ ਦਿੰਦਾ ਹਾਂ ਅਤੇ ਹੁਣ ਵੀ ਬਹੁਤ ਚੰਗੇ ਢੰਗ ਨਾਲ ਇਹਦਾ ਜਵਾਬ ਦੇ ਸਕਦਾ। ਬਟ ਸਾਨੂੰ ਇਹ ਜਵਾਬ ਚਾਹੀਦਾ ਕਿ ਮਾਨ ਸਾਹਿਬ ਇਹ ਦੱਸੋ ਪੰਜਾਬ ਅੱਜ ਡੁੱਬਿਆ ਕਿਉਂ? ਜਿਹੜਾ 750 ਕਰੋੜ ਤੁਸੀਂ ਆਪਣੀ ਮਸ਼ਹੂਰੀ 'ਤੇ ਪੈਸਾ ਖਰਚਿਆ, ਜੇ ਉਹ 700 ਕਰੋੜ ਹੀ ਅੱਜ ਇਰੀਗੇਸ਼ਨ ਮਹਿਕਮੇ ਨੂੰ ਦਿੱਤਾ ਹੁੰਦਾ, ਪੰਜਾਬ ਦੇ ਲੋਕ ਬਚ ਜਾਂਦੇ? ਘਰੋਂ ਬੇਘਰ 6 ਲੱਖ ਏਕੜ ਸਾਡਾ ਝੋਨਾ ਬਰਬਾਦ ਹੋ ਗਿਆ, 35-40 ਹਜ਼ਾਰ ਡੰਗਰਾਂ ਦੀ ਜਾਨ ਚਲੀ ਗਈ, 100 ਤੋਂ ਵੱਧ ਆਦਮੀ ਆਪਣੀਆਂ ਜਾਨਾਂ ਗਵਾ ਬੈਠੇ ਨੇ। ਹੁਣ ਇਹ ਆਹ ਏਰੀਆ ਸਾਡੇ ਵਾਲਾ ਵੀ ਜਿਹੜਾ ਹੈ, ਗੁਰਦਾਸਪੁਰ ਦਾ, ਅੰਮ੍ਰਿਤਸਰ ਦਾ, ਕਪੂਰਥਲੇ ਦਾ, ਇਹ ਨਵਾਂ ਇਹਦੇ ਵਿੱਚ ਆ ਗਿਆ, ਆਪਾਂ ਉੱਧਰ ਧਿਆਨ ਕਰੀਏ। ਇਹ ਜਿਹੜੀ ਮੇਲਿਆਂ ਦੇ ਵਿੱਚ ਅਮਰੂਦਾਂ ਦਾ ਕੀ ਬਣਦਾ, ਮੇਲਿਆਂ ਦੇ ਵਿੱਚ ਇਹਨਾਂ ਨੂੰ ਆਥ ਹੈ ਸਟੇਜਾਂ ਦੇ ਉੱਤੇ ਮਸ਼ਕਰੀਆਂ ਕਰਨ ਦੀ, ਸਾਨੂੰ ਤਾਂ ਹੈ ਨਹੀਂ। ਇਸ ਟਾਈਮ ਸੰਜੀਦਾ ਟਾਈਮ ਹੈ, ਲੋਕਾਂ ਦੀ ਇਸ ਔਖੀ ਘੜੀ ਦੇ ਵਿੱਚ ਸਾਡਾ ਫਰਜ਼ ਹੈ, ਅਸੀਂ ਉਹਨਾਂ ਨਾਲ ਕੰਧਾਂ ਨਾਲ ਕੰਧਾਂ ਰਲਾ ਕੇ ਚੱਲੀਏ। ਅਸੀਂ ਸਰਕਾਰ ਦੀ ਮਦਦ ਕਰਨ ਨੂੰ ਤਿਆਰ, ਮੈਂ ਅੱਜ ਕੋਸ਼ਣਾ ਨਹੀਂ ਚਾਹੁੰਦਾ, ਮਦਦ ਕਰਨ ਨੂੰ ਤਿਆਰ ਹਾਂ। ਸਰਕਾਰ ਲੋਕਾਂ ਦੀ ਮਦਦ ਕਰੇ, ਅਸੀਂ ਸਰਕਾਰ ਦੀ ਮਦਦ ਕਰੀਏ ਅਤੇ ਆਪਣੇ ਲੋਕਾਂ ਨੂੰ ਬਚਾ ਸਕੀਏ। ਇਸ ਤੋਂ ਬਾਅਦ ਆ ਜਿਹੜਾ ਤੁਹਾਡਾ ਜਵਾਬ ਹੈ, ਇਹਦਾ ਜਵਾਬ 15 ਦਿਨ ਬਾਅਦ ਇਹਨਾਂ ਨੂੰ ਮੈਂ ਸੁਚੱਜੇ ਢੰਗ ਨਾਲ